ਤੁਸੀਂ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਾਨੂੰ ਉਸਦੀ ਫੋਟੋ ਸੈਂਡ ਕਰ ਸਕਦੇ ਹੋ। ਇਹ ਆਪਣੇ ਕੋਲ ਜੋਰਜੱਟ 'ਚ ਕੱਪੜਾ ਜੀ, ਜਿਹੜਾ ਤੁਹਾਨੂੰ ਹੁਣ ਦਿਖਾਵਾਂਗੇ। ਜੋਰਜੱਟ 'ਚ ਕੱਪੜਾ ਜੀ, ਆਲ ਓਵਰ ਸੂਟਾਂ ਨਾਲ ਜੋਰਜੱਟ ਦੀ ਦੁਪੱਟਾ ਨੇ, ਜਿਸ ਤਰ੍ਹਾਂ ਕਿ ਇਹ ਗਰਾਰਾ ਤਿਆਰ ਕਰਿਆ ਹੋਇਆ ਇਸ ਨਾਲ, ਬਹੁਤ ਹੀ ਹੈਵੀ ਕਲਰ, ਸਾਰੇ ਬਹੁਤ ਪਿਆਰੇ ਨੇ। ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ, ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਊਗਾ ਉਸਦੀ ਤੁਸੀਂ ਸਾਨੂੰ ਸਕਰੀਨਸ਼ੋਟ ਸੈਂਡ ਕਰ ਦਿਓ ਜੀ। ਇੱਕ ਇਹ ਡਿਜ਼ਾਇਨ ਹੈ ਜੀ ਆਪਣੇ ਕੋਲ, ਇਹ ਹੈਗਾ ਮਸਲੀਨ 'ਚ ਕੱਪੜਾ। ਮਸਲੀਨ 'ਚ ਕੱਪੜਾ ਮੋਰਾਂ ਦਾ ਡਿਜ਼ਾਇਨ ਬਣਾਇਆ, ਬਹੁਤ ਹੀ ਵਧੀਆ ਵਰਕ ਕਰਾਇਆ। ਇਹ ਆਪਣੇ ਕੋਲ ਸਾਰੇ ਪਲੇਨ ਸੂਟ ਨੇ, 6 ਕਲਰ ਨੇ। ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਉਂਦਾ ਤੁਸੀਂ ਸਾਨੂੰ ਉਸਦੀ ਫੋਟੋ ਸੈਂਡ ਕਰ ਸਕਦੇ। ਗ੍ਰੀਨ ਕਲਰ ਦਾ ਦੁਪੱਟਾ ਤਿਆਰ ਕਰਿਆ ਗਿਆ, ਇਸ ਵਿੱਚ ਜੋਰਜੱਟ ਦਾ ਦੁਪੱਟਾ ਬਹੁਤ ਹੈਵੀ ਹੈ। ਸਵਾਗਤ ਜੀ ਸਾਰਿਆਂ ਦਾ ਪੰਜਾਬੀ ਸਿਲਾਈ ਕਢਾਈ ਚੈਨਲ 'ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ। ਅੱਜ ਅਸੀਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਲੈ ਕੇ ਆਏ ਹਾਂ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਜ਼ਿਆਦਾ ਵਰਾਇਟੀ ਦਿਖਾਉਣ ਵਾਲੇ ਹਾਂ। ਸਾਰੇ ਫੈਂਸੀ ਸੂਟ ਦਿਖਾਵਾਂਗੇ ਜੀ, ਕਿਉਂਕਿ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਨੇ। ਇਸ ਲਈ ਤੁਹਾਡੇ ਲਈ ਅਸੀਂ ਅੱਜ ਦੀ ਵੀਡੀਓ ਵਿੱਚ ਫੈਂਸੀ ਸੂਟ ਲੈ ਕੇ ਆਏ, ਬਹੁਤ ਹੀ ਵਧੀਆ। ਤੁਹਾਨੂੰ ਅਸੀਂ ਅੱਜ ਦੀ ਵੀਡੀਓ 'ਚ ਦਿਖਾਉਣ ਵਾਲੇ ਸ਼ਰਾਰੇ, ਗਰਾਰੇ, ਪਲਾਜੋ ਸੂਟ, ਇਸ ਤਰ੍ਹਾਂ ਦੇ ਘੱਗਰੇ ਵੀ ਦਿਖਾਵਾਂਗੇ ਜੀ। ਬਨਾਰਸੀ ਸੂਟ ਵੀ ਲੈ ਕੇ ਆਏ ਤੁਹਾਡੇ ਲਈ, ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਊਗਾ। ਜੋਰਜੱਟ ਦੀ ਵਰਾਇਟੀ ਵੀ ਲੈ ਕੇ ਆਏ ਜੀ। ਜੋ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਉਣਗੇ ਉਸਦੀ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਜੀ। ਤੁਸੀਂ ਸਿੰਗਲ ਸੂਟ ਵੀ ਮੰਗਵਾ ਸਕਦੇ ਹੋ ਘਰ ਬੈਠੇ, ਆਪਣਾ ਔਨਲਾਈਨ ਕੰਮ ਹੈ, ਤੁਸੀਂ ਘਰ ਬੈਠੇ ਸਿੰਗਲ ਸੂਟ ਮੰਗਵਾ ਸਕਦੇ ਹੋ। ਸ਼ਿਪਿੰਗ ਚਾਰਜ ਫਰੀ ਹੈ ਜੀ। ਆਪਣੇ ਵਟਸਐਪ ਨੰਬਰ 2 ਨੇ, ਤੁਸੀਂ ਕਿਸੇ 'ਤੇ ਮੈਸੇਜ ਕਰਕੇ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ। ਵੀਡੀਓ ਆਪਾਂ ਸ਼ੁਰੂ ਕਰਨ ਜਾਏ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਤਾਂ ਕਿ ਜਿਹੜੀਆਂ ਅਸੀਂ ਤੁਹਾਡੇ ਲਈ ਵੀਡੀਓਆਂ ਲੈ ਕੇ ਆਉਂਦੇ ਹਾਂ, ਬਹੁਤ ਹੀ ਵਧੀਆ ਵੀਡੀਓ ਲੈ ਕੇ ਆਉਂਦੇ ਹਾਂ ਜੀ, ਉਹਨਾਂ ਦੀ ਜਾਣਕਾਰੀ ਸਾਰਿਆਂ ਨੂੰ ਮਿਲ ਸਕੇ। ਕਮੈਂਟ ਜ਼ਰੂਰ ਕਰਿਆ ਕਰੋ ਜੀ, ਕਿਉਂਕਿ ਕਮੈਂਟਾਂ 'ਤੇ ਹੀ ਪਤਾ ਚੱਲਦਾ ਹੁੰਦਾ ਵੀ ਤੁਹਾਨੂੰ ਸਾਡੀ ਵਰਾਇਟੀ ਕਿਸ ਤਰ੍ਹਾਂ ਦੀ ਲੱਗਦੀ ਹੈ ਜੀ। ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਤੁਹਾਨੂੰ ਵਧੀਆ ਤੋਂ ਵਧੀਆ ਵਰਾਇਟੀ ਮਿਲੇ। ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਜੀ। ਵੀਡੀਓ ਸ਼ੁਰੂ ਕਰਾਂਗੇ ਆਪਾਂ ਪਲੇਨ ਸੂਟਾਂ ਤੋਂ। ਇਹ ਆਪਣੇ ਕੋਲ ਪਲੇਨ ਸੂਟ ਨੇ ਜੋਰਜੱਟ 'ਚ। ਜੋਰਜੱਟ ਦੇ ਸੂਟ ਆ, 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ, ਕੱਪੜਾ ਬਹੁਤ ਵਧੀਆ। ਰੇਟ ਰਹਿਣ ਵਾਲਾ 400, ਜੇਕਰ ਤੁਸੀਂ ਇੱਕ ਸੂਟ ਲਉਂਗੇ ਤੁਹਾਨੂੰ 400 ਦਾ ਪਊਗਾ, ਜੇਕਰ 2 ਸੂਟ ਲਉਂਗੇ ਤਾਂ ਤੁਹਾਨੂੰ 750 ਦੇ ਪੈਣਗੇ। ਜੇਕਰ ਤੁਸੀਂ 2 ਸੂਟ ਬੁੱਕ ਕਰਦੇ ਹੋ, ਕੋਈ ਵੀ ਕਲਰ ਦੇ ਤੁਸੀਂ ਕਰ ਸਕਦੇ ਹੋ, 2 ਸੂਟ 750 ਦੇ ਪੈਣਗੇ, ਸਿੰਗਲ ਸੂਟ ਤੁਹਾਨੂੰ 400 ਦਾ ਪਊਗਾ। ਇਹ ਆਪਣੇ ਕੋਲ ਸਾਰੇ ਪਲੇਨ ਸੂਟ ਨੇ, 6 ਕਲਰ ਨੇ। ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਉਂਦਾ ਤੁਸੀਂ ਸਾਨੂੰ ਉਸਦੀ ਫੋਟੋ ਸੈਂਡ ਕਰ ਸਕਦੇ ਹੋ ਜੀ। 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ, 5 ਮੀਟਰ ਦੀ ਕੱਟ ਮਿਲੂ। ਪਹਿਲਾਂ ਆਪਣੇ ਕੋਲ ਕਲਰ ਹੈਗਾ ਸੀ ਗ੍ਰੀਨ, ਇੱਧਰ ਸੀ ਗ੍ਰੀਨ ਕਲਰ ਆ ਪਹਿਲਾਂ। ਦੂਸਰਾ ਕਲਰ ਹੈਗਾ ਆਪਣੇ ਕੋਲ ਬਲੈਕ ਜੀ। ਤੀਸਰਾ ਕਲਰ ਹੈਗਾ ਆਪਣੇ ਕੋਲ ਇਹ ਵੀ ਗ੍ਰੀਨ ਜੇ ਜੀ, ਆਇਆ ਲਾਈਟ ਗ੍ਰੀਨ ਜੇ 'ਚ। ਉਸ ਤੋਂ ਬਾਅਦ ਸਕਿਨ ਕਲਰ ਇਹ ਹੈਗਾ ਆਪਣੇ ਕੋਲ ਮੋਰ ਕਾਂਠੀਆ ਕਲਰ, ਇਹ ਹੈਗਾ ਗ੍ਰੇ ਕਲਰ। ਲਾਈਟ ਕਲਰ ਵੀ ਨੇ, ਡਾਰਕ ਕਲਰ ਵੀ ਨੇ। 400 ਦਾ ਇੱਕ ਸੂਟ ਮਿਲੂ ਜੀ, 750 ਦੇ 2 ਸੂਟ। ਜੋਰਜੱਟ 'ਚ ਕੱਪੜਾ, ਇਹ ਲਾਈਨਿੰਗ ਲਾ ਕੇ ਸੂਟ ਤਿਆਰ ਹੋਣਗੇ। ਇਹਨਾਂ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ, ਲੈਸ ਵਗੈਰਾ ਲਾ ਕੇ ਵੀ ਤੁਸੀਂ ਤਿਆਰ ਕਰ ਸਕਦੇ ਹੋਗੇ। ਕਿਸੇ ਵੀ ਤਰ੍ਹਾਂ ਤੁਸੀਂ ਇਹਨਾਂ ਨੂੰ ਪਾਰਟੀ ਵੀਅਰ ਸੂਟ ਬਣਾ ਸਕਦੇ ਹੋ ਜੀ। ਇਹ ਨੇ ਆਪਣੇ ਕੋਲ ਪਲੇਨ ਸੂਟ। ਇਹ ਆ ਗਏ ਆਪਣੇ ਕੋਲ ਕਢਾਈ ਵਾਲੇ ਸੂਟ। ਅੱਜ ਜਿੰਨੀ ਵੀ ਤੁਹਾਨੂੰ ਅਸੀਂ ਵਰਾਇਟੀ ਦਿਖਾਉਣ ਵਾਲੇ ਸਾਰੀ ਵਰਕ ਵਾਲੀ ਹੈ, ਸਾਰੇ ਫੈਂਸੀ ਸੂਟ ਨੇ। ਜਿਸ ਤਰ੍ਹਾਂ ਕਿ ਆਪਣੇ ਕੋਲ ਕਢਾਈ ਵਾਲੇ ਸੂਟ ਨੇ, ਤੁਹਾਨੂੰ 6 ਕਲਰ ਦਿਖਾਵਾਂਗੇ। ਰੇਟ ਰਹਿਣ ਵਾਲੇ ਸਿਰਫ 525 ਰੇਟ ਦਾ। ਇਹ ਕਰੇਵ 'ਚ, ਸੈਮੀ ਕਰੇਵ 'ਚ ਕੱਪੜਾ ਹੈਗਾ, ਸੈਮੀ ਚਨੂਨ ਦਾ ਦੁਪੱਟਾ, 2 ਮੀਟਰ ਦਾ। ਜਿਹੜੀ ਸੂਟ ਦੀ ਕੱਟ ਹੈਗੀ ਹੈ 470 ਮਿਲੂਗੀ ਤੁਹਾਨੂੰ, ਜਿਹੜੀ ਦੁਪੱਟੇ ਦੀ ਕੱਟ ਹੈਗੀ ਹੈ 2 ਮੀਟਰ ਦੀ। ਰੇਟ ਦੇ ਹਿਸਾਬ ਨਾਲ ਹੀ ਕੱਪੜਾ ਹੁੰਦਾ, ਵਰਕ ਕਰਿਆ ਹੋਇਆ। ਬਾਕੀ ਇਹਨਾਂ ਉੱਪਰ ਇਹ ਦੇਖੋ ਇਸ ਤਰ੍ਹਾਂ ਦਾ ਵਰਕ ਕਰਿਆ ਹੋਇਆ ਹੈਗਾ, ਦੁਪੱਟੇ ਦੇ 2 ਸਾਈਡਾਂ ਦੇ ਵਰਕ ਕਰਿਆ ਹੋਇਆ ਹੈਗਾ, ਕਮੀਜ਼ ਦੇ ਜਿਹੜੇ ਫਰੰਟ ਦੇ ਵਰਕ ਕਰਿਆ ਹੋਇਆ ਵਰਕ। ਜਿਹੜਾ ਫਰੰਟ ਦੇ ਤੁਹਾਨੂੰ ਅਸੀਂ ਨਾਪ ਕੇ ਦਿਖਾ ਦਿੰਦੇ ਹਾਂਗੇ, ਇਹ ਤੁਸੀਂ ਘੇਰੇ ਦਾ ਹਿਸਾਬ ਨਾਲ ਲਾਉਣਾ, ਕਿਉਂਕਿ ਇਹਦੇ ਫਰੰਟ ਸਿਰਫ 14 ਜਾਂ 15 ਇੰਚ ਦਾ ਹੈਗਾ। ਸਾਈਡਾਂ ਤੋਂ ਘੇਰਾ ਤੁਹਾਡਾ ਸਾਫ਼ ਰਹੂਗਾ, ਤੁਸੀਂ ਪੈਪਨ ਲਾ ਕੇ ਸੂਟ ਤਿਆਰ ਕਰ ਸਕਦੇ ਹੋ। ਲੈਂਥ ਇਸਦੀ ਬਣੂਗੀ 40-41 ਇੰਚ, 40-41 ਇੰਚ ਲੈਂਥ ਬਣੂਗੀ। ਜੇਕਰ ਤੁਸੀਂ ਜ਼ਿਆਦਾ ਲੈਂਥ ਕਰਨੀ ਤਾਂ ਹੇਠਾਂ ਲੈਸ ਵਗੈਰਾ ਲਾ ਕੇ ਇਸਦੀ ਲੈਂਥ ਤੁਸੀਂ ਵਧਾ ਸਕਦੇ ਹੋ। ਇਹ ਆਪਣੇ ਕੋਲ ਆਲ ਓਵਰ ਸੂਟ ਆ, 525 ਰੇਟ ਆ। ਇਹ ਪਹਿਲਾ ਕਲਰ ਆਪਣੇ ਕੋਲ ਰਾਣੀ ਕਲਰ ਆ। 6 ਕਲਰ ਦਿਖਾਵਾਂਗੇ ਇਸ ਤਰ੍ਹਾਂ ਦੇ, ਨਾਲ ਦੁਪੱਟੇ ਨੇ, ਸੈਮੀ ਚਨੂਨ ਦੇ ਦੁਪੱਟੇ ਨੇ। ਇਹ ਲਾਈਨਿੰਗ ਲੱਗ ਕੇ ਸੂਟ ਤਿਆਰ ਹੋਣਗੇ, ਲਾਈਨਿੰਗ ਲੱਗ ਕੇ ਸੂਟ ਤਿਆਰ ਹੋਣਗੇ। ਇਸ ਤਰ੍ਹਾਂ ਦਾ ਕੰਮ ਕਰਿਆ ਹੋਇਆ ਸਾਰਾ, ਕਢਾਈ ਦਾ ਕੰਮ। ਇਹ ਪਹਿਲਾ ਕਲਰ ਆ ਗਿਆ ਆਪਣੇ ਕੋਲ, 525 ਰੇਟ ਆ। ਸ਼ਿਪਿੰਗ ਚਾਰਜ ਫਰੀ ਆ, ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ। ਉਸ ਤੋਂ ਬਾਅਦ ਇਹ ਆ ਗਿਆ ਆਪਣੇ ਕੋਲ ਗ੍ਰੀਨ ਕਲਰ। ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਉਂਦਾ ਉਸਦੀ ਤੁਸੀਂ ਸਾਨੂੰ ਸਕਰੀਨਸ਼ੋਟ ਫੋਟੋ ਸੈਂਡ ਕਰ ਸਕਦੇ ਹੋ ਜੀ, ਘਰ ਬੈਠੇ ਸੂਟ ਮੰਗਵਾ ਸਕਦੇ ਹੋ।
कैश डिलीवरी भी है, तुसी कैश ऑन डिलीवरी भी कर सकते हो जी, पेमेंट ऑनलाइन भी कर सकते हो। गे उस तो बाद आ गया अपने को मास्टर्ड कलर, छे कलर ने इस विच, जेड़ा भी तुहानू कलर डिजाइन पसंद आऊगा उसकी तुसी सानू स्क्रीनशॉट सेंड कर दो जी। ये सैमी च कपड़ा सारा, सैमी करेब च सूट हैगा, सैमी चनून च दुपट्टे ने। उस तो बाद आ गया अपने को महरून कलर, छे कलर ने, जेकर तुसी सैट बाई सैट लेना सैट भी ले सकते होगे, जिहड़ा भी तुहानू कलर पसंद आउंदा तुसी खरीद सकदे हो जी। इह आ गया अपने को माउस कलर, माउस कलर आ गया सारे सूटां उपर, इस तरह का जरी का वर्क करया हैगा स्किन कलर का, बहुत ही वधिया डिजाइन बने हुए ने जी। उस तो बाद आ गया अपने को ब्लैक कलर, इस विच छे कलर ने, जिहड़ा भी तुहानू कलर डिजाइन पसंद आऊगा, 525 रेट है जी इह सूटां दा। ये अपने को जॉर्जेट च कपड़ा जी, जिहड़ा तुहानू हुण दिखावांगे, जॉर्जेट च कपड़ा जी, आल ओवर सूट आ नाल जॉर्जेट दा दुपट्टा, ये बतकां दा डिजाइन बनया होया जी। घेरा तुसीं इसदा बना सकदे हो 23 जां 24 इंच आसानी नाल, इहनां नाल इस तरह दे दुपट्टे ने, कट वर्क बनया है दुपट्टे उपर, इस तरह दा बतकां दा डिजाइन बनया, सारा कढ़ाई दा कम करया है। इस विच वी असीं तुहानू 6 कलर दिखावांगे, रेट रहिण वाला 650 रेट है जी। ये भी अपने को आल ओवर सूट है, जॉर्जेट च कपड़ा, ये जी जॉर्जेट का कपड़ा होंगे सदाबहार होंगे, इस करके आप इसकी डिमांड बहुत ज़्यादा है, इस करके आप बार बार सारी वीडियो में लियाने होंगे जॉर्जेट की वरायटी जी। पहला अपने को महरून कलर है जी, उस तो बाद आ गया अपने को मस्टर्ड कलर, ये जो जॉर्जेट होंगे लाइनिंग ला के सूट तैयार होंगे जी, सदाबहार कपड़ा है, तुम गर्मी सर्दी कदों भी पा सकते हो, प्रेस की घट जरूरत पैंदी जी इस उपर। ਇਹ ਹੈਗਾ ਆਪਣੇ ਕੋਲ ਨੇਵੀ ਕਲਰ, ਨੇਵੀ ਕਲਰ ਆ ਗਿਆ, ਇਸ ਵਿੱਚ ਵੀ 6 ਕਲਰ ਨੇ ਆਪਣੇ ਕੋਲ, 650 ਰੇਟ ਹੈ ਸੂਟਾਂ ਦਾ, 650 ਰੇਟ ਆ ਜੀ। ਇਹ ਆਪਣੇ ਕੋਲ ਗ੍ਰੀਨ ਕਲਰ, ਕੱਟ ਵਰਕ ਬਣਿਆ ਹੈ, ਬੱਤਕਾਂ ਦਾ ਡਿਜ਼ਾਇਨ ਬਣਿਆ ਹੈ, ਘੇਰਾ ਤੁਸੀਂ ਬਣਾ ਸਕਦੇ ਹੋ 23 ਜਾਂ 24 ਇੰਚ ਆਸਾਨੀ ਨਾਲ ਜੀ। 6 ਕਲਰ ਨੇ ਆਪਣੇ ਕੋਲ, 650 ਰੇਟ ਹੈ ਜੀ, ਜੋਰਜੱਟ 'ਚ ਕੱਪੜਾ, ਆਲ ਓਵਰ ਸੂਟ ਹੈ ਜੀ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਪਰਪਲ ਕਲਰ ਜੀ, ਪਰਪਲ ਕਲਰ ਆ ਗਿਆ, ਕਲਰ ਸਾਰੇ ਬਹੁਤ ਸੋਹਣੇ ਨੇ, ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ, ਡਿਜ਼ਾਇਨ ਪਸੰਦ ਆਊਗਾ, ਉਸਦੀ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਜੀ। ਆਪਣਾ ਔਨਲਾਈਨ ਕੰਮ ਹੈਗਾ, ਸ਼ਿਪਿੰਗ ਚਾਰਜ ਫਰੀ ਆ, ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ, ਕੈਸ਼ ਔਨ ਡਿਲੀਵਰੀ ਵੀ ਹੈ। ਇਸ ਤਰ੍ਹਾਂ ਦੇ ਡਿਜ਼ਾਇਨ ਨੇ, ਬਲੈਕ ਕਲਰ ਆ ਗਿਆ ਜੀ ਆਪਣੇ ਕੋਲ, ਇੱਕ ਇਹ ਡਿਜ਼ਾਇਨ ਆ ਜੀ ਆਪਣੇ ਕੋਲ, ਇਹ ਹੈਗਾ ਮਸਲੀਨ 'ਚ ਕੱਪੜਾ, ਮਸਲੀਨ 'ਚ ਕੱਪੜਾ, ਮੋਰਾਂ ਦਾ ਡਿਜ਼ਾਇਨ ਬਣਾਇਆ, ਬਹੁਤ ਹੀ ਵਧੀਆ ਵਰਕ ਕਰਾਇਆ ਤੁਸੀਂ, ਸੋਬਰ ਜਿਹਾ ਦੁਪੱਟਿਆਂ ਦਾ ਕੰਟਰਾਸਟ ਬਣਾਇਆ ਹੋਇਆ। ਇਸ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ 5 ਕਲਰ ਜੀ, ਰੇਟ ਰਹਿਣ ਵਾਲਾ 1250 ਰੇਟ ਆ ਜੀ ਇਹ ਸੂਟਾਂ ਦਾ, ਨਾਲ ਪਿਓਰ ਦੇ ਦੁਪੱਟੇ ਨੇ, ਮਸਲੀਨ 'ਚ ਕੱਪੜਾ, 5 ਮੀਟਰ ਦੀ ਕੱਟ ਹੈਗੀ। ਇਸ ਤਰ੍ਹਾਂ ਦਾ ਪਹਿਲਾਂ ਤੁਸੀਂ ਕਢਾਈ ਦਾ ਡਿਜ਼ਾਇਨ ਦੇਖ ਲਓ ਜੀ, ਜੇਕਰ ਤੁਸੀਂ ਕਢਾਈ ਦਾ ਵਰਕ ਕਰਾਓਗੇ ਇਕੱਲੇ ਵਰਕ ਲਈ ਤੁਹਾਡਾ 700-800 ਰੁਪਏ ਲੱਗ ਜੂਗਾ, ਅਸੀਂ ਤੁਹਾਨੂੰ ਸੂਟ ਦੇ ਰਹੇ ਸਿਰਫ 1250, 1250 'ਚ ਸੂਟ ਜੀ, ਨਾਲ ਪਿਓਰ ਦੇ ਦੁਪੱਟੇ ਨੇ, 2.25 ਮੀਟਰ ਦੇ, 5 ਮੀਟਰ ਦੇ ਸੂਟ ਦੀ ਕੱਟ ਆ। ਇਸ ਤਰ੍ਹਾਂ ਦੇ ਦੁਪੱਟਿਆਂ ਦੇ ਡਿਜ਼ਾਇਨ ਬਣੇ ਹੋਏ ਨੇ, ਦੁਪੱਟੇ ਵਿੱਚ ਵੀ ਮੋਰਨੀ ਦਾ ਡਿਜ਼ਾਇਨ ਬਣਿਆ ਹੋਇਆ, ਸਾਈਡਾਂ 'ਤੇ ਇਹਨਾਂ ਦੇ ਕੱਟ ਵਰਕ ਬਣਿਆ ਹੋਇਆ, ਕਢਾਈ ਦਾ ਕੰਮ ਕਰਿਆ ਹੋਇਆ ਜੀ। ਇਸ ਤਰ੍ਹਾਂ ਦੇ ਡਿਜ਼ਾਇਨ ਬਣੇ ਹੋਏ ਨੇ, ਕੰਟਰਾਸਟ ਤੁਹਾਨੂੰ ਦੁਪੱਟੇ ਮਿਲਣਗੇ। 5 ਕਲਰ ਦਿਖਾਵਾਂਗੇ ਜੀ, ਪਹਿਲਾਂ ਆਪਣੇ ਕੋਲ ਮਾਸਟਰ ਕਲਰ ਆ ਜੀ, ਇਸ ਨਾਲ ਹੈਗਾ ਫਿਰੋਜ਼ੀ ਕਲਰ ਦਾ ਦੁਪੱਟਾ, ਜੋ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਊਗਾ ਉਸ ਦੀ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ, 1250 ਰੇਟ ਆ ਜੀ ਇਹ ਸੂਟਾਂ ਦਾ। ਇਹ ਹੈਗਾ ਆਪਣੇ ਕੋਲ ਮਹਿਰੂਨ ਜਿਹਾ ਕਲਰ ਜੀ, ਕਲਰ ਬਹੁਤ ਸੋਹਣਾ ਹੈਗਾ, ਇਸ ਨਾਲ ਗ੍ਰੀਨ ਜਿਹਾ ਦੁਪੱਟਾ ਆ ਗਿਆ, ਇਸ ਤਰ੍ਹਾਂ ਦਾ ਕੰਟਰਾਸਟ ਬਣਾਇਆ, 1250 ਰੇਟ ਆ ਜੀ। ਮਸਲੀਨ 'ਚ ਕੱਪੜਾ, ਆਲ ਓਵਰ ਸੂਟ ਆ ਜੀ, ਨਾਲ ਪਿਓਰ ਦੇ ਦੁਪੱਟੇ ਨੇ, 2.25 ਮੀਟਰ ਦੇ, ਇਹ ਫੈਂਸੀ ਸੂਟ ਬਣ ਕੇ ਤਿਆਰ ਹੋਣਗੇ, ਬਹੁਤ ਹੀ ਵਧੀਆ। ਮਸਲੀਨ ਦੇ ਤੁਸੀਂ ਲਾਈਨਿੰਗ ਲਾਓ ਜਾਂ ਨਾ ਲਾਓ, ਤੁਹਾਡੀ ਇੱਛਾ, ਬਹੁਤ ਹੀ ਵਧੀਆ ਕੱਪੜਾ ਜੀ, ਆਲ ਓਵਰ ਸੂਟ ਆ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ, ਫਿਰੋਜ਼ੀ ਕਲਰ ਨਾਲ ਪਿੰਕ ਕਲਰ ਦੇ ਦੁਪੱਟੇ ਦਾ ਕੰਟਰਾਸਟ ਬਣਿਆ ਹੈ ਜੀ। ਇਸ ਤਰ੍ਹਾਂ ਦੇ ਡਿਜ਼ਾਇਨ ਨੇ ਸਾਰੇ, ਬਹੁਤ ਹੀ ਵਧੀਆ ਪਿਆਰੇ ਦੁਪੱਟੇ ਨੇ, ਪਿਆਰੇ ਸੂਟ ਨੇ, ਬਹੁਤ ਹੀ ਵਧੀਆ ਡਿਜ਼ਾਇਨ ਨੇ ਜੀ। ਸਾਈਡ 'ਤੇ ਕਢਾਈ ਦਾ ਵਰਕ ਹੈਗਾ, 1250 ਰੇਟ ਆ ਜੀ। ਆਪਣੇ ਕੋਲ 5 ਕਲਰ ਨੇ। ਇਹ ਹੈਗਾ ਆਪਣੇ ਕੋਲ ਮਹਿੰਦੀ ਕਲਰ ਜੀ, ਮਹਿੰਦੀ ਨਾਲ ਰੈੱਡ ਕਲਰ ਦੇ ਦੁਪੱਟੇ ਦਾ ਕੰਟਰਾਸਟ ਬਣਿਆ ਹੋਇਆ ਹੈਗਾ, ਬਹੁਤ ਹੀ ਵਧੀਆ ਡਿਜ਼ਾਇਨ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਪਰਪਲ ਕਲਰ ਜੀ, ਪਰਪਲ ਕਲਰ ਆ ਗਿਆ, ਪਰਪਲ ਕਲਰ ਨਾਲ ਇਸ ਤਰ੍ਹਾਂ ਦੇ ਦੁਪੱਟੇ ਨੇ, ਬਹੁਤ ਹੀ ਵਧੀਆ ਕਲਰ ਡਿਜ਼ਾਇਨ ਨੇ। ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਉਂਦਾ ਤੁਸੀਂ ਸਾਨੂੰ ਇਸਦੀ ਫੋਟੋ ਸੈਂਡ ਕਰ ਸਕਦੇ ਹੋ ਜੀ। ਇਸ ਤਰ੍ਹਾਂ ਦੇ ਬਹੁਤ ਹੀ ਵਧੀਆ ਡਿਜ਼ਾਇਨ ਨੇ, ਇਸ ਨਾਲ ਯੈਲੋ ਕਲਰ ਦਾ ਦੁਪੱਟਾ ਲੱਗਿਆ ਹੋਇਆ ਜੀ।
ਕਿਹੜੀਆਂ ਲੈਗਾਂ ਜੀ ਤੁਹਾਡੇ ਲਈ? ਇਹ ਪੇਂਟ ਕਰਿਆ ਹੈ ਸੂਟਾਂ 'ਤੇ, ਪੇਂਟ ਸੂਟ ਨੇ ਜੀ। ਮਸਲੀਨ 'ਚ ਕੱਪੜਾ, 2.5 ਮੀਟਰ ਦੀ ਸ਼ਰਟ ਆ ਜੀ, 3 ਮੀਟਰ ਦੀ ਇਹਨਾਂ ਦੀ ਬੋਟਮ ਆ ਜੀ, 2.5 ਮੀਟਰ ਦੇ ਦੁਪੱਟੇ ਨੇ ਇਹਨਾਂ ਨਾਲ। ਰੇਟ ਰਹਿਣ ਵਾਲਾ ਸਿਰਫ 1050, 1050 ਰੇਟ ਆ। ਇਸ ਤਰ੍ਹਾਂ ਦੇ ਘੇਰੇ 'ਤੇ ਇਹ ਸਾਰਾ ਪੇਂਟ ਕਰਿਆ ਹੋਇਆ ਜੀ। ਇਹ ਵੀ ਆਪਣੇ ਕੋਲ ਮਸਲੀਨ 'ਚ ਕੱਪੜਾ ਜੀ, ਪਲੇਨ ਇਹਨਾਂ ਦੀ ਬੋਟਮ ਆ ਗਈ। ਇਸ ਤਰ੍ਹਾਂ ਦੇ ਜਿਹੜੇ ਦੁਪੱਟੇ ਨੇ ਉਹ ਵੀ ਬਹੁਤ ਹੀ ਹੈਵੀ ਨੇ, 2.5 ਮੀਟਰ ਦੇ ਇਹਨਾਂ ਨਾਲ ਦੁਪੱਟੇ ਨੇ ਜੀ। ਰੇਟ ਰਹਿਣ ਵਾਲਾ ਸਿਰਫ 1050। ਤੁਹਾਨੂੰ ਅਸੀਂ 2 ਕਲਰ ਦਿਖਾਵਾਂਗੇ, ਪਹਿਲਾਂ ਆਪਣੇ ਕੋਲ ਪਿੰਕ ਕਲਰ ਆ ਜੀ, ਉਸ ਤੋਂ ਬਾਅਦ ਹੈਗਾ ਆਪਣੇ ਕੋਲ ਸੀ ਗ੍ਰੀਨ ਕਲਰ। ਕਲਰ ਡਿਜ਼ਾਇਨ ਸਾਰੇ ਬਹੁਤ ਵਧੀਆ ਨੇ, ਬਹੁਤ ਹੀ ਵਧੀਆ ਵਰਾਇਟੀ ਹੈ, ਸਾਰੇ ਫੈਂਸੀ ਸੂਟ ਨੇ ਜੀ। ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ, ਜਿਹੜਾ ਵੀ ਤੁਹਾਨੂੰ ਪਸੰਦ ਹੁੰਦਾ। ਇਸ ਤਰ੍ਹਾਂ ਦੇ ਸਾਰੇ ਡਿਜ਼ਾਇਨ ਬਣੇ ਹੋਏ ਨੇ, ਕਲਰ ਬਹੁਤ ਵਧੀਆ ਨੇ, ਲਾਈਨਿੰਗ ਲੱਗ ਕੇ ਸੂਟ ਤਿਆਰ ਹੋਣਗੇ ਜੀ। ਇੱਕ ਇਹ ਡਿਜ਼ਾਇਨ ਆਪਣੇ ਕੋਲ, ਇਹ ਵੀ ਕਰੇਵ 'ਚ, ਸੈਮੀ ਕਰੇਵ ਲੱਗੀ ਹੋਈ ਹੈ ਸੂਟਾਂ ਉੱਪਰ, ਦੁਪੱਟੇ ਉੱਪਰ ਲੱਗੀ ਹੋਈ ਹੈ ਸੈਮੀ ਚਨੂਨ। ਇਹਨਾਂ ਉੱਪਰ ਹੈਂਡ ਵਰਕ ਕਰਿਆ ਹੈ ਜੀ, ਜਰੀ ਦਾ ਵਰਕ ਕਰਿਆ ਹੈ, ਮਸ਼ੀਨੀ ਵਰਕ। ਰੇਟ ਰਹਿਣ ਵਾਲਾ 1150, 1150 ਰੇਟ ਆ ਜੀ। ਆਪਣੇ ਕੋਲ ਲਾਈਟ ਕਲਰ ਨੇ, ਪਹਿਲਾਂ ਪੀਚ ਕਲਰ ਆ, ਇਸ ਤਰ੍ਹਾਂ ਦੇ ਨਾਲ ਸੈਮੀ ਜਨੂਨ ਦੇ ਦੁਪੱਟੇ ਨੇ। ਦੁਪੱਟੇ ਦੇ 2 ਸਾਈਡਾਂ ਦੇ ਕੱਟ ਵਰਕ ਬਣਿਆ ਹੋਇਆ, ਫਲਾਵਰ ਬਣੇ ਹੋਏ ਨੇ ਜੀ। ਇਸ ਤਰ੍ਹਾਂ ਦੇ ਡਿਜ਼ਾਇਨ ਨੇ, ਬਹੁਤ ਹੀ ਪਿਆਰੇ। ਬੂਟੀ ਦਾ ਡਿਜ਼ਾਇਨ ਬਣਿਆ ਹੋਇਆ ਜੀ, ਇਹ ਦੇਖੋ ਸੈਂਟਰਾਂ ਦੇ ਵਿੱਚ ਬੂਟੀ ਦਾ ਡਿਜ਼ਾਇਨ ਬਣਿਆ ਹੋਇਆ ਹੈਗਾ। 1150 ਰੇਟ ਆ ਜੀ, ਸੈਮੀ ਕਰੇਵ 'ਤੇ ਕੰਮ ਕਰਿਆ ਹੋਇਆ ਜੀ, ਬਹੁਤ ਵਧੀਆ ਹੈਂਡ ਵਰਕ ਬਣਿਆ ਹੋਇਆ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਲੈਮਨ ਕਲਰ ਜੀ, 4 ਕਲਰ ਨੇ ਇਸ ਵਿੱਚ। ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਊਗਾ ਉਸਦੀ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਜੀ, 1150 ਰੇਟ ਜੀ। ਇਹ ਹੈਗਾ ਆਪਣੇ ਕੋਲ ਪਿੰਕ ਕਲਰ ਜੀ, 4 ਕਲਰ ਨੇ ਪਿੰਕ ਕਲਰ, 1150 ਰੇਟ ਜੀ। ਸੈਮੀ ਕਰੇਵ 'ਤੇ ਕੰਮ ਕਰਿਆ ਹੋਇਆ ਜੀ, ਸੈਮੀ ਚਨੂਨ ਦੇ ਦੁਪੱਟੇ ਨੇ, ਹੈਂਡ ਵਰਕ ਬਣਿਆ ਦਾ ਕੰਮ ਕਰਿਆ ਹੈ ਜੀ, ਬਹੁਤ ਹੀ ਵਧੀਆ ਮਸ਼ੀਨੀ ਕੰਮ ਕਰਿਆ ਹੋਇਆ ਜੀ। ਉਸ ਤੋਂ ਬਾਅਦ ਇੱਕ ਇਹ ਡਿਜ਼ਾਇਨ ਆਪਣੇ ਕੋਲ, ਸਾਰੇ ਕਲਰ ਡਿਜ਼ਾਇਨ ਬਹੁਤ ਵਧੀਆ ਨੇ, ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਜੀ ਤੁਸੀਂ ਉਸਦੀ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਜੀ, 1150 ਰੇਟ ਜੀ ਇਹ ਸੂਟਾਂ ਦਾ। ਇੱਕ ਇਹ ਡਿਜ਼ਾਇਨ ਆ ਜੀ ਆਪਣੇ ਕੋਲ, ਰਾਣੀ ਕਲਰ ਆ, ਰਾਣੀ ਕਲਰ ਆ ਜੀ, ਪਿਓਰ 'ਚ ਸੂਟ ਆ ਜੀ, ਉਹ ਪਾੜਾ ਸਿਲਕ ਦੀ ਬੋਟਮ ਲੱਗੀ ਹੋਈ ਆ ਜੀ, ਪਿਓਰ ਦੀ ਸ਼ਰਟ ਆ। ਸ਼ਰਟ ਦਾ ਜਿਹੜਾ ਫੈਬਰਿਕ ਹੈਗਾ ਉਹ ਜਿਸ ਤਰ੍ਹਾਂ ਕਿ ਆਪਾਂ ਦੁਪੱਟੇ ਡਾਈ ਕਰਵਾਉਂਦੇ ਹਾਂ ਪਿਓਰ ਦੇ, ਉਸ ਤਰ੍ਹਾਂ ਦਾ ਸ਼ਰਟ ਦਾ ਫੈਬਰਿਕ ਲੱਗਿਆ ਹੋਇਆ ਜੀ, ਨਾਲ ਇਸ ਤਰ੍ਹਾਂ ਦਾ ਦੁਪੱਟਾ, ਸੈਮੀ ਜਨੂਨ ਦਾ ਦੁਪੱਟਾ ਇਹਨਾਂ ਨਾਲ ਇਸ ਤਰ੍ਹਾਂ ਦੇ। 1250 ਰੇਟ ਜੀ, 1250 ਰੇਟ ਹੈ ਆਪਣੇ ਕੋਲ, ਸਿੰਗਲ ਕਲਰ ਆ ਜੀ ਰਾਣੀ ਕਲਰ। ਇਹ ਹੈਗਾ ਆਪਣੇ ਕੋਲ ਬਨਾਰਸੀ ਸੂਟ ਜੀ, ਬਨਾਰਸੀ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਆ ਜੀ, ਅੱਜ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਵਰਾਇਟੀ ਲੈ ਕੇ ਆਏ, ਤੁਹਾਨੂੰ ਅਸੀਂ 10-11 ਕਲਰ ਦਿਖਾਵਾਂਗੇ। ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਊਗਾ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਜੀ। ਰੇਟ ਰਹਿਣ ਵਾਲਾ 1495, 1495 ਰੇਟ ਆ ਜੀ। ਇਹ ਪਿਓਰ 'ਚ ਕੱਪੜਾ, ਪਿਓਰ ਅਪਾੜਾ ਸਿਲਕ 'ਚ ਕੱਪੜਾ ਜੀ, ਅਪਾੜਾ ਸਿਲਕ 'ਚ ਸ਼ਰਟ ਆ ਗਈ, ਦੁਪੱਟਾ ਅਪਾੜਾ ਸਿਲਕ 'ਚ, ਜਿਹੜੀ ਇਹਨਾਂ ਨਾਲ ਬੋਟਮ ਲੱਗੀ ਹੋਈ ਉਹ ਅਪਾੜਾ ਸਿਲਕ 'ਚ। ਇਹ ਤੁਸੀਂ ਹੈਵੀ ਨਾਪ ਦਾ ਵੀ ਤਿਆਰ ਕਰ ਸਕਦੇ ਹੋ, ਜਿਹਦੀ ਕਿੰਨਾ ਵੀ ਹੈਵੀ ਨਾਪ ਹੁੰਦਾ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਜੀ। ਇਹਦੇ ਫਰੰਟ ਬੈਕ ਸਾਰੇ ਅਲੱਗ ਅਲੱਗ ਡਿਜ਼ਾਇਨ ਦਿੱਤੇ ਹੋਏ ਨੇ, ਪਹਿਲਾਂ ਤੁਸੀਂ ਦੁਪੱਟੇ ਦਾ ਡਿਜ਼ਾਇਨ ਦੇਖ ਲਓ ਜੀ, 2.25 ਮੀਟਰ ਇਹਨਾਂ ਨਾਲ ਦੁਪੱਟੇ ਨੇ, ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਦੁਪੱਟੇ ਨੇ 2.25 ਮੀਟਰ ਦੇ। ਰੇਟ ਰਹਿਣ ਵਾਲਾ 1495, ਇਹ ਲਾਈਨਿੰਗ ਲੱਗ ਕੇ ਸੂਟ ਤਿਆਰ ਹੋਣਗੇ, ਫੈਂਸੀ ਬਹੁਤ ਜ਼ਿਆਦਾ ਡਿਮਾਂਡ ਆ ਇਹਨਾਂ ਸੂਟਾਂ ਦੀ, ਇਸ ਕਰਕੇ ਇਸ ਵਾਰ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਵਰਾਇਟੀ ਲੈ ਕੇ ਆਏ ਹਾਂ ਜੀ, ਤੁਸੀਂ ਸਕਰੀਨਸ਼ੋਟ ਲੈ ਸਕਦੇ ਹੋਗੇ। ਇਹ ਹੋ ਗਿਆ ਆਪਣੇ ਕੋਲ ਦੁਪੱਟੇ ਦਾ ਡਿਜ਼ਾਇਨ, ਪਲੇਨ ਇਹਨਾਂ ਦੀ ਬੋਟਮ ਲੱਗੀ ਹੋਈ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਅਸੀਂ ਸ਼ਰਟ ਦਾ ਡਿਜ਼ਾਇਨ ਦਿਖਾਉਂਦੇ ਹਾਂ, ਸੇਮ ਬਿਲਕੁਲ ਉਸੇ ਤਰ੍ਹਾਂ ਦੇ ਸਾਰੇ ਡਿਜ਼ਾਇਨ ਹੋਣਗੇ ਜੀ। ਇਹ ਹੋ ਗਿਆ ਆਪਣੇ ਕੋਲ ਫਰੰਟ ਜੀ, ਫਰੰਟ ਹੋ ਗਿਆ ਦੇਖ ਲਓ ਤੁਸੀਂ, ਫਰੰਟ ਦਾ ਹੀ ਤੁਸੀਂ ਸਾਰਾ ਕਿੰਨਾ ਚਾਹੀਦੀ ਕਿੰਨਾ ਮਰਜ਼ੀ ਹੈਵੀ ਨਾਪ ਦਾ ਸੂਟ ਬਣਾ ਸਕਦੇ ਹੋ, ਇਹ ਲਾਈਨਿੰਗ ਲਾ ਕੇ ਸੂਟ ਤਿਆਰ ਹੋਣਗੇ। ਉਸ ਤੋਂ ਬਾਅਦ ਇਹ ਆ ਗਈ ਆਪਣੇ ਕੋਲ ਬੈਕ ਜੀ, ਇਹ ਬੈਕ ਦਾ ਘੇਰਾ ਹੋ ਗਿਆ, ਕਮੀਜ਼ ਦੀ ਬੈਕ ਦਾ ਘੇਰਾ ਹੋ ਗਿਆ ਜੀ, ਸਾਈਡ 'ਤੇ ਇਹਦੇ ਬਾਜੂ ਲੱਗ ਦਿੱਤੀ ਹੋਈ ਹੈ, ਬਾਜੂ ਤੁਸੀਂ ਪੂਰੀ ਵੀ ਬਣਾ ਸਕਦੇ ਹੋ, ਫੱਟੀ ਬਣੀ ਹੋਈ ਹੈਗੀ। ਇਹ ਬਾਜੂ ਦੀ ਮੂਹਰੀ 'ਤੇ ਡਿਜ਼ਾਇਨ ਆਊਗਾ ਇਸ ਤਰ੍ਹਾਂ ਦੇ ਆਪਣੇ ਕੋਲ, 10-11 ਕਲਰ ਦਿਖਾਵਾਂਗੇ। ਆਪਣੇ ਕੋਲ ਪਹਿਲਾ ਕਲਰ ਹੈ ਜੀ, ਫਿਰੋਜੀ ਕਲਰ ਆ ਗਿਆ ਜੀ, ਪਹਿਲਾਂ ਆਪਣੇ ਕੋਲ ਗ੍ਰੀਨ ਜਿਹਾ, ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਮਹਿਰੂਨ ਕਲਰ ਜੀ। ਤੁਹਾਨੂੰ ਅਸੀਂ ਡਿਜ਼ਾਇਨ ਦਿਖਾਇਆ, ਸੇਮ ਡਿਜ਼ਾਇਨ ਆ ਸਾਰੇ ਸੂਟਾਂ ਦੇ, ਆਪਣੇ ਕੋਲ ਮਹਿਰੂਨ ਕਲਰ ਆ ਗਿਆ ਜੀ, ਇਸ ਤਰ੍ਹਾਂ ਦੇ ਡਿਜ਼ਾਇਨ ਨੇ। ਇਸਨੂੰ ਗੋਭੀ ਡਿਜ਼ਾਇਨ ਕਹਿੰਦੇ ਨੇ ਜਿਹੜਾ ਇਹਨਾਂ ਸੂਟਾਂ ਉੱਪਰ ਲੱਗਿਆ ਹੋਇਆ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਸਰਦਈ ਕਲਰ, ਕਲਰ ਸਾਰੇ ਬਹੁਤ ਪਿਆਰੇ ਨੇ ਜੀ, ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋਗੇ, ਕਲਰ ਬਹੁਤ ਪਿਆਰੇ ਨੇ। 1495 ਰੇਟ ਆ ਜੀ ਇਹ ਸੂਟਾਂ ਦੇ, ਆਪਣੇ ਕੋਲ ਪਿਓਰ 'ਚ ਸੂਟ ਨੇ ਜੀ, ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ
ਤੁਸੀਂ ਉਸਨੂੰ ਬੁਕਿੰਗ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਹੈ ਆਪਣੇ ਕੋਲ ਔਰੇਂਜ ਕਲਰ ਜੀ। ਔਰੇਂਜ ਕਲਰ ਆ ਕਲਰ ਸਾਰੇ ਬਹੁਤ ਹੀ ਵਧੀਆ ਨੇ, ਸਾਰੇ ਪਿਆਰੇ ਕਲਰ ਨੇ ਜੀ। ਪਿਓਰ 'ਚ ਕੱਪੜਾ ਹੈਗਾ, ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਊ ਜੀ। ਇਹ ਆਪਣੇ ਕੋਲ ਬਨਾਰਸੀ ਸੂਟ ਨੇ, ਤੁਸੀਂ ਉਸਦੀ ਸਾਨੂੰ ਸਕਰੀਨਸ਼ੋਟ ਸੈਂਡ ਕਰ ਦਿਓ ਜੀ। ਇਹ ਹੈਗਾ ਆਪਣੇ ਕੋਲ ਯੈਲੋ ਕਲਰ ਜੀ, ਸਾਰੇ ਡਾਰਕ ਕਲਰ ਨੇ। ਲਾਈਟ ਕਲਰ ਵੀ ਦਿਖਾਵਾਂਗੇ। ਇਹ ਆਪਣੇ ਕੋਲ ਡਾਰਕ ਕਲਰ ਨੇ ਜੀ, 2.25 ਮੀਟਰ ਇਹਨਾਂ ਨਾਲ ਦੁਪੱਟੇ ਨੇ ਸਾਰਿਆਂ ਨਾਲ। ਇਸ ਤਰ੍ਹਾਂ ਦੇ ਦੁਪੱਟਿਆਂ ਦੇ ਡਿਜ਼ਾਇਨ ਬਣੇ ਹੋਏ ਨੇ, ਬਹੁਤ ਹੀ ਪਿਆਰੇ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਪਰਪਲ ਕਲਰ, ਪਰਪਲ ਕਲਰ ਹੈਗਾ ਜੀ। ਸਾਰੇ ਕਲਰ ਬਹੁਤ ਵਧੀਆ ਨੇ, ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ, ਸਾਨੂੰ ਸਕਰੀਨਸ਼ੋਟ ਸੈਂਡ ਕਰ ਸਕਦੇ ਹੋ ਜੀ, ਸ਼ਿਪਿੰਗ ਚਾਰਜ ਫਰੀ ਆ। ਇਹ ਹੈਗਾ ਆਪਣੇ ਕੋਲ ਮੋਰ ਕੰਠੀਆ ਕਲਰ, ਬਹੁਤ ਜ਼ਿਆਦਾ ਕਲਰ ਲੈ ਕੇ ਆਇਆ ਸੀ ਤੁਹਾਡੇ ਲਈ, ਜਿਹੜਾ ਵੀ ਤੁਹਾਨੂੰ ਪਸੰਦ ਆਊਗਾ। ਆਪਣੇ ਕੋਲ ਪਿਓਰ 'ਚ ਕੱਪੜਾ ਜੀ, 1495 ਰੇਟ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਮਹਿੰਦੀ ਕਲਰ ਜੀ, ਪਲੇਨ ਇਹਨਾਂ ਦੀ ਬੋਟਮ ਆ ਜੀ, ਪ੍ਰਿੰਟ ਇਹਨਾਂ ਦੀ ਸ਼ਰਟ ਆ, ਪ੍ਰਿੰਟ ਇਹਨਾਂ ਦੇ ਦੁਪੱਟੇ ਨੇ, ਬਨਾਰਸੀ ਸੂਟ ਨੇ ਜੀ, ਪਿਓਰ 'ਚ, ਪਿਓਰ 'ਚ ਬਨਾਰਸੀ ਸੂਟ ਨੇ ਜੀ ਆਪਣੇ ਕੋਲ ਆਏ ਇਹ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਬਲੈਕ ਕਲਰ ਜੀ, ਬਲੈਕ ਕਲਰ ਹੈਗਾ, ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਇਨ ਪਸੰਦ ਆਊਗਾ ਜੀ, ਤੁਸੀਂ ਉਸਦੀ ਸਾਨੂੰ ਸਕਰੀਨਸ਼ੋਟ ਸੈਂਡ ਕਰ ਦਿਓ ਜੀ। ਇਸ ਤਰ੍ਹਾਂ ਦੇ ਨਾਲ ਦੁਪੱਟੇ ਨੇ, ਅਸੀਂ ਤੁਹਾਨੂੰ ਇੱਕ ਪੀਸ ਦਿਖਾਇਆ ਸੀ, ਸੇਮ ਡਿਜ਼ਾਇਨ ਨੇ ਸਾਰੇ, ਗੋਭੀ ਦਾ ਡਿਜ਼ਾਇਨ ਬਣਿਆ ਹੈ ਜੀ। ਇਹ ਹੈਗਾ ਆਪਣੇ ਕੋਲ ਲਾਈਟ ਕਲਰ ਜੀ, ਲਾਈਟ ਪਰਪਲ ਕਲਰ ਆ ਗਿਆ। ਜੇਕਰ ਤੁਸੀਂ ਲਾਈਟ ਕਲਰ ਲੈਣਾ ਚਾਹੁੰਦੇ ਹੋ ਲਾਈਟ ਵੀ ਲੈ ਸਕਦੇ ਹੋ, ਡਾਰਕ ਕਲਰ ਲੈਣਾ ਚਾਹੁੰਦੇ ਹੋ ਡਾਰਕ ਕਲਰ ਵੀ। ਉਸ ਤੋਂ ਬਾਅਦ ਇਹ ਹੈਗਾ ਆਪਣੇ ਕੋਲ ਪੀਚ ਕਲਰ ਜੀ, ਪੀਚ ਕਲਰ ਆ ਗਿਆ। ਇਹ ਸਾਰੇ ਬਨਾਰਸੀ ਸੂਟ ਨੇ ਜੀ, ਪਾੜਾ ਸਿਲਕ 'ਚ ਕੱਪੜਾ, ਇਸ ਤਰ੍ਹਾਂ ਦੇ ਡਿਜ਼ਾਇਨ ਬਣੇ ਹੋਏ ਨੇ, ਬਹੁਤ ਹੀ ਪਿਆਰੇ ਡਿਜ਼ਾਇਨ ਨੇ। 2.25 ਮੀਟਰ ਦੀ ਦੁਪੱਟੇ ਦੀ ਕੱਟ ਹੈ ਜੀ। ਸ਼ਰਟ ਤੁਸੀਂ ਕਿੰਨੀ ਵੀ ਹੈਵੀ ਬਣਾ ਸਕਦੇ ਹੋ, ਲੰਬਾਈ ਕਿੰਨੀ ਵੀ ਬਣਾ ਸਕਦੇ ਹੋ। ਇਸ ਤਰ੍ਹਾਂ ਦੇ ਸਾਰੇ ਆਪਣੇ ਕੋਲ ਡਿਜ਼ਾਇਨ ਨੇ ਜੀ। ਉਸ ਤੋਂ ਬਾਅਦ ਤੁਹਾਨੂੰ ਅਗਲੀ ਵਰਾਇਟੀ ਦਿਖਾਉਂਦੇ ਹਾਂ ਅਸੀਂ। ਇਹ ਨੇ ਆਪਣੇ ਕੋਲ ਫਰਾਕ ਸੂਟ, ਯਾਨੀ ਕਿ ਇਹਨਾਂ ਨਾਲ ਤੁਹਾਨੂੰ ਘੱਗਰੇ ਵੀ ਮਿਲਣਗੇ, ਸ਼ਰਾਰੇ ਵੀ ਮਿਲਣਗੇ, ਗਰਾਰੇ ਵੀ। ਜਿਸ ਤਰ੍ਹਾਂ ਕਿ ਇਹ ਫਰੋਕ ਬਣੀ ਹੋਈ, ਇਹਦੀ ਤੁਸੀਂ ਲੈਂਥ ਕਿੰਨੀ ਵੀ ਬਣਾ ਸਕਦੇ ਹੋਗੇ, 50 ਇੰਚ ਤੋਂ ਵੀ ਜ਼ਿਆਦਾ, ਯਾਨੀ ਕਿ 50 ਇੰਚ ਤੋਂ ਵੀ 55-60 ਕਿੰਨੀ ਬਣਾ ਸਕਦੇ ਹੋ। ਇਸ ਤਰ੍ਹਾਂ ਦਾ ਡਿਜ਼ਾਇਨ ਬਣਿਆ ਹੈ। ਪਹਿਲਾਂ ਤੁਸੀਂ ਇਹ ਫਰੰਟ ਦੇਖ ਲਓ, ਫਰੰਟ ਦੇ ਗਲੇ ਵਰਕ ਕਰਿਆ ਹੈ, ਬੈਨ ਵੀ ਲੱਗਿਆ। ਜੇਕਰ ਤੁਸੀਂ ਬੈਨ ਲਾਉਣਾ ਤਾਂ ਬੈਨ ਵੀ ਲਾ ਸਕਦੇ ਹੋਗੇ ਇਸ ਗਲੇ ਉੱਪਰ। ਸਾਈਡ 'ਤੇ ਆ ਗਈ ਇਸਦੇ ਬਾਜੂ ਦਾ ਡਿਜ਼ਾਇਨ, ਇਹ ਫਰੋਕ ਦੀ ਬਾਡੀ ਬਣੀ ਹੋਈ ਹੈਗੀ। ਉਸ ਤੋਂ ਬਾਅਦ ਇਸਦੀ ਲੰਬਾਈ ਦੇਖੋ ਤੁਸੀਂ ਕਿੰਨੀ ਬਣਾ ਸਕਦੇ ਹੋ। ਇਸ ਜਗ੍ਹਾ 'ਤੇ ਓਪਨ ਆ, ਇਸ ਜਗ੍ਹਾ ਤੋਂ ਓਪਨ ਆਗੀ, ਇਸ ਦੇ ਨਾਲ ਹੈਗਾ ਘੱਗਰਾ। ਇਸ ਤਰ੍ਹਾਂ ਦਾ ਅਸੀਂ ਤੁਹਾਨੂੰ ਪਹਿਲਾਂ ਵੀ ਮਹਿਰੂਨ ਸੂਟ ਆਪਣੇ ਇੱਕ ਵੀਡੀਓ ਵਿੱਚ ਪਾਇਆ, ਮਹਿਰੂਨ ਸੂਟ ਪਾਇਆ ਸੀਗਾ, ਸੇਮ ਉਸੇ ਤਰ੍ਹਾਂ ਦਾ ਡਿਜ਼ਾਇਨ ਆ। ਕਲਰ ਆਪਣੇ ਕੋਲ ਇਸ ਵਾਰ 3 ਨੇ, ਜਿਸ ਤਰ੍ਹਾਂ ਕਿ ਗ੍ਰੀਨ ਕਲਰ ਆ, ਨਾਲ ਇਸ ਤਰ੍ਹਾਂ ਦੇ ਹਾਫ ਪਿਓਰ ਦੇ ਦੁਪੱਟੇ ਨੇ, 4 ਸਾਈਡ ਇਹਨਾਂ ਦੇ ਇਸ ਤਰ੍ਹਾਂ ਦੀ ਪਾਈਪਿੰਗ ਲੱਗੀ ਹੋਈ ਆ, ਪੱਟੀ ਲੱਗੀ ਹੋਈ ਹੈਗੀ। ਹਾਫ ਪਿਓਰ ਦੇ ਦੁਪੱਟੇ ਤੁਹਾਨੂੰ ਅਸੀਂ 3 ਡਿਜ਼ਾਇਨ ਦਿਖਾਵਾਂਗੇ, 1500 ਰੇਟ, 1500 ਰੇਟ ਹੈ ਸੂਟਾਂ ਦਾ। ਜੇਕਰ ਤੁਸੀਂ ਕਿਤੋਂ ਵੀ ਲਉਂਗੇ ਤੁਹਾਨੂੰ 2000 ਜਾਂ 2500 ਤੋਂ ਘੱਟ ਨਹੀਂ ਮਿਲਣਾ। ਉਸ ਤੋਂ ਬਾਅਦ ਇਸ ਨਾਲ ਪਹਿਲਾਂ ਤੁਸੀਂ ਸਾਰਾ ਸ਼ਰਟ ਦਾ ਡਿਜ਼ਾਇਨ ਦੇਖ ਲਓ, ਇਹ ਸ਼ਰਟ ਦਾ ਡਿਜ਼ਾਇਨ ਦੇਖੋ ਤੁਸੀਂ, ਇਹ ਹੈਗਾ ਫਰੰਟ। ਉਸ ਤੋਂ ਬਾਅਦ ਇਹ ਸਾਰੀ ਹੋ ਗਈ ਇਸਦੀ ਲੰਬਾਈ, ਇਸ ਤਰ੍ਹਾਂ ਇਸਦੀ ਇਹ ਸਾਰੀ ਲੰਬਾਈ ਹੋ ਗਈ। ਇਹ ਹੋ ਗਿਆ ਇਸ ਨਾਲ ਘੱਗਰਾ, ਘੱਗਰਾ ਹੋ ਗਿਆ, ਘੱਗਰੇ ਦੇ ਵਰਕ ਕਰਿਆ ਹੋਇਆ ਫਰੰਟ 'ਤੇ, ਫਰੰਟ ਦੇ ਅੱਗੇ ਵਰਕ ਕਰਿਆ ਹੋਇਆ ਘੱਗਰੇ ਦੇ, ਬਹੁਤ ਹੀ ਪਿਆਰਾ। ਇਸ ਤਰ੍ਹਾਂ ਦਾ ਨਾਲ ਘੱਗਰਾ ਬਿਲਕੁਲ ਤਿਆਰ ਆ, ਬਿਲਕੁਲ ਤਿਆਰ ਘੱਗਰਾ। ਸਿਰਫ ਤੁਹਾਨੂੰ ਲਾਸਟਿਕ ਜਾਂ ਨਾਲਾ ਪਾਉਣ ਦੀ ਜ਼ਰੂਰਤ ਆ, ਲਾਈਨਿੰਗ ਵਗੈਰਾ ਲਾ ਕੇ। ਇਹ ਹੋ ਗਿਆ ਨਾਲ ਘੱਗਰਾ। ਇਹ ਜਿਹੜੇ ਸੂਟ ਨੇ ਇਸ ਤਰ੍ਹਾਂ ਬਣ ਕੇ ਤਿਆਰ ਹੋਣਗੇ, ਜਦੋਂ ਵੀ ਤੁਸੀਂ ਪਾਓਗੇ ਇਹਨਾਂ ਸੂਟਾਂ ਨੂੰ। ਇਹ ਜਿਹੜਾ ਓਪਨ ਰੱਖਿਆ ਹੋਇਆ ਹੈਗਾ ਇਸ ਤਰ੍ਹਾਂ ਨਾਲ ਆਊਗਾ, ਇਹ ਜਿਹੜੀ ਚੀਜ਼ ਓਪਨ ਆਪਣੇ ਰੱਖੀ ਹੋਈ ਹੈਗੀ ਇਸ ਤਰ੍ਹਾਂ ਨਾਲ, ਇਹ ਅਟੈਚ ਹੋ ਕੇ ਕਮਰ ਤੱਕ ਤੁਹਾਡਾ ਇਹ ਘੱਗਰਾ ਆ ਕੇ ਇਸ ਤਰ੍ਹਾਂ ਦਾ ਸੂਟ ਬਣ ਕੇ ਤੁਹਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਹੈਵੀ ਸੂਟ। ਇਸ ਤਰ੍ਹਾਂ ਦਾ ਪਾਰਟੀ ਵੇਅਰ ਸੂਟ ਤੁਹਾਡਾ ਇਹ ਬਣ ਕੇ ਤਿਆਰ ਹੋਊਗਾ ਬਹੁਤ ਹੀ ਵਧੀਆ। 3 ਕਲਰ ਨੇ ਆਪਣੇ ਕੋਲ, ਪਹਿਲਾ ਕਲਰ ਹੈਗਾ ਗ੍ਰੀਨ, 1500 ਰੇਟ। ਉਸ ਤੋਂ ਬਾਅਦ ਇਹ ਆ ਗਿਆ ਆਪਣੇ ਕੋਲ ਮੋਰ ਕੰਠੀਆ ਕਲਰ, ਕਲਰ ਸਾਰੇ ਬਹੁਤ ਪਿਆਰੇ ਨੇ, ਬਹੁਤ ਹੀ ਪਿਆਰੇ ਕਲਰ ਨੇ, ਸਾਰਾ ਫਰੰਟ ਤਿਆਰ ਆ ਬਿਲਕੁਲ। ਜਿਹੜੀ ਇਹਦੀ ਬਾਡੀ ਬਣੀ ਤੁਹਾਨੂੰ ਕਿਤੇ ਵੀ ਲਾਈਨਿੰਗ ਅਲੱਗ ਲਾਉਣ ਦੀ ਜ਼ਰੂਰਤ ਨਹੀਂ। ਇਸ ਤਰ੍ਹਾਂ ਦੇ ਦੁਪੱਟੇ ਨੇ ਨਾਲ, ਹਾਫ ਪਿਓਰ ਦੇ ਦੁਪੱਟੇ ਨੇ, 2.25 ਮੀਟਰ ਦੇ ਇਸ ਤਰ੍ਹਾਂ ਦੇ ਦੁਪੱਟੇ ਨੇ। ਇਹ ਨੇ ਸਾਰੇ ਆਪਣੇ ਕੋਲ ਫੈਂਸੀ ਸੂਟ,
जिस तरह की तुहानू पता ही है भी अगे प्रोग्राम शुरू होने वाले ने, ये सारे फैंसी सूट ने अपने को इस तरह के बन के तैयार होंगे बहुत ही वधिया। ये हो गया अपने को फ्रॉक का डिजाइन, उस तो बाद हो गया घग्गरे का डिजाइन। तीन कलर ने अपने को 1500 रेट है फैंसी सूट ने, तो कित भी लाइनिंग लाने की जरूरत नहीं हैगी क्योंकि ये प्रोपर तैयार है। तो सिर्फ इसकी फिटिंग करने की जरूरत पेगी, फिटिंग करनी पेगी, बाकी सूट बिल्कुल तैयार ने। इस तरह ने अपने को सूट ने बहुत ही वधिया। उस तो बाद अपने को मजेंटा कलर, कलर सारे बहुत वधिया ने, सारे कलर बहुत ही प्यारे कलर ने। इन्हों बाजू से भी वर्क आ, गले से भी वर्क आ, नाल इन्होंने बैन भी दिता है। जेकर तुसी बैन लगाना लगा सकते हो, जेकर गले नूं तुसी ओपन रखना ओपन भी रख सकते हो। इस तरह के अपने को सूट तैयार ने बहुत ही वधिया फैंसी सूट ने सारे। फ्रंट हो गया, फ्रंट सिर्फ ये फ्राक अगे तो फ्रंट को ओपन आ, बाकी सारी ये इस तरह की डिजाइन बने हुए ने। इन्हों तीन कलर ने अपने को, तीन कलर नाल इन्हों घग्गरे ने, इस तरह के घग्गरे ने नाल मजेंटा कलर बहुत ही प्यारा। कोई भी तुहानू कलर पसंद आता तुसी सानू स्क्रीनशॉट सेंड कर सकते हो जी, घर बैठे सूट मंगवा सकते हो। जेकर साढ़े किसी भी कस्टमर ने बाहर बैठे पार्सल मंगवाना, बाहर भी तुसी मंगवा सकते हो। जिहड़े तुहानू हुण सूट दिखावांगे सारे अपने को सिंगल सिंगल पीस ने, सिर्फ सैंपल ले आए ने। रेट सारे ना सेम आ 1500। तुहानू असीं अलग अलग डिजाइन कलर दिखावांगे, जिस तरह कि पहला अपने को मैहरून कलर, मैहरून कलर आ इस डिजाइन में। इस तरह ना इन्हां नाल दुपट्टा बना है, पहला तुसीं दुपट्टे का डिजाइन देख लो, उस तो बाद तुहानू असीं जिहड़ा इस नाल घग्गरा तैयार करिया गा शरारा प्लाजो दिखावांगे, शर्ट दिखावांगे। वर्क देखो तुसीं बहुत ही प्यारा वर्क करा है इन्हां सूटां उपर, फोर साइड पट्टी लगी हुई है इस तरह की। ये जिहड़ा दुपट्टा जॉर्जेट च प्योर जॉर्जेट लगी हुई है, इन्हों दुपट्टियां दे जिहड़े तुहानू असीं सूट दिखावांगे सारयां ते प्योर जॉर्जेट लगी हुई है। इस तरह के 2.25 मीटर के दुपट्टे ने, फोर साइड पट्टी आ, पीच कलर का दुपट्टा है। इस नाल दुपट्टे का डिजाइन असीं तुहानू दिखाया, बहुत ही सोहना डिजाइन बनया है जॉर्जेट के। उस तो बाद तुसीं देखो शर्ट का डिजाइन, शर्ट के गले से वर्क कराया है बहुत ही प्यारा। उस तो बाद जिहड़ा घेरा वह भी कट वर्क नाल बहुत ही वधिया बनया होगा, पैच लग्या होगा। इस कपड़े हेठा लाइनिंग लाने की लाइनिंग ये अंदर ही दी हुई, तुहानू अलग लाइनिंग लैन की जरूरत नहीं हैगी। सैड तो इसे बाजू का डिजाइन दिता हुआ, यह हो गया बाजू का डिजाइन। इस सूट नाल हैगा घग्गरा, जिहड़ा घग्गरे का कपड़ा अपने को पेपर सिल्क जागा बनारसी टाइप। पहला शर्ट का डिजाइन देख लो, शर्ट अपने को इस हेठा लाइनिंग बिल्कुल प्रोपर तैयार है, तुहानू लाइनिंग लैन की जरूरत नहीं हैगी। 1500 रेट आ, यह होगा शर्ट का डिजाइन। उस तो बाद यह होगा इस नाल घग्गरा तैयार, घग्गरा देखो बिल्कुल बनारसी तैयार हैगा। तुहानू कुछ भी करने की जरूरत नहीं हैगी, लाइनिंग वगैरह प्रोपर लगी हुई है कि 1500 रेट है। जेकर तुसीं कितों भी लोगे तुहानू 2000 या 2500 तो घट नहीं मिलना। तुहाडे लई बहुत ही वधिया डिजाइन लैके आया, ये अपने को फैंसी सूट आ क्योंकि पार्टी वेयर सूट ने, तुसीं घर बैठे मंगवा सकते होंगे। उस तो बाद ये हैगा अपने को रैड कलर, रैड कलर का सूट आ गया। इस नाल हैगा नैट का दुपट्टा, नैट का दुपट्टा। पहला तुसीं दुपट्टे का डिजाइन देख लो, फोर साइड बहुत ही हैवी इस दे पट्टी लगी हुई हैगी, इस तरह की, इस तरह की फोर साइड पट्टी लगी हुई हैगी बहुत ही प्यारी। 2.25 मीटर का दुपट्टा, रेट सेम आ सारे सूटों का। तुहानू असीं अलग अलग कलर डिजाइन दिखावांगे, जिन्हां दे पहला स्क्रीनशॉट आ गए उन्होंने ये सूट मिल जाएंगे क्योंकि अपने को सिंगल सिंगल सूट ने। उस तो बाद है शर्ट का डिजाइन, शर्ट का पहला तुसीं फ्रंट देखो, बहुत ही हैवी हैवी फ्रंट बनया होगा शर्ट का, बहुत ही ये सारा जरी का वर्क कराया है। उस तो बाद ही है अपने को घेरा, घेरा आ गया ये रेड कलर च अपने को सूट। उस तो बाद आ गई बाजू, बाजू इसकी फ्रिल वाली, फ्रिल वाली बाजू का डिजाइन दिता हुआ है इस तरह की बाजू। ये हो गया बाजू का डिजाइन, साइड तो इसे पट्टी लगी हुई है बहुत ही प्यारी, ये लैस लगी हुई हैगी, इसनों तुसी चाकां ते ला सकते हो कमर तक। बाकी इस हेठा लाइनिंग, ये लाइनिंग मिलूगी तुहानू, लाइनिंग बिल्कुल नाल मिलूगी। इस दे नाल हैगा अपने को प्लाजो, इस तरह का प्लाजो तैयार करिया है इस सूट नाल। 1500 रेट, बहुत ही वधिया सूट लैके आए तुहाडे लई असीं फैंसी। ये अपने को पार्टी वेयर सूट ने सारे, जिन्हां दे पहला स्क्रीनशॉट आ गए उन्होंने ये सूट मिल जाएंगे। एक एड़े हैं अपने को, यह है मैहरून कलर, मैहरून कलर आ गया। इसके गले से वर्क कराया है बहुत ही प्यारा,
ये देखो तुसी गले ते बहुत ही प्यारा वर्क कराया है इसके। उस तो बाद जी बाजू बनी हुई है, बाजू देखो तुसी बहुत ही हैवी बनी हुई है, सारा कढ़ाई का वर्क कराया है। अगे लैस लगी हुई है मणकणिया वाली, मणकणिया वाली लैस लगी है, घेरे ते भी इसके वर्क कराया है, नाल इसके इस तरह का दुपट्टे, इस तरह का नाल दुपट्टा इन्हां दे। ये दुपट्टे हाफ प्योर दे, हाफ प्योर दे दुपट्टे, लैस देखो तुसी बहुत ही चौड़ी लगी हुई है इन्हां दुपट्टियां उपर। जेकर तुसी ये लैस लोगे तो 30 या 40 रुपए मीटर तो घट लैस नहीं मिलनी। जी इन्हां सूटां दे फोर साइड लैस लगी हुई हैगी दुपट्टियां उपर। इस तरह का शर्ट का डिजाइन, दुपट्टे का डिजाइन भी असीं तुहानूं दिखाया। ये अपने कोल गरारा सूट, जिहड़े गरारा सूट हुंदे ने थोड़े जिहे छोट हुंदे ने, जिस तरह कि ये गरारा तैयार करिया है इस नाल बहुत ही हैवी। ये सारा वर्क कराया होया गरारे उपर, इस तरह का एक पल्ला हो गया। उस तो बाद इसके उपर भी यह सारा वर्क कराया होया गा, ये सारा वर्क कराया होया फ्रंट ते। हेठां इसके लैस लगी हुई है बहुत ही वधिया। ये तुसी सूट कैश डिलीवरी ते मंगवा सकते हो, पेमेंट ऑनलाइन भी कर सकते हो। गे इस तरह के अपने कोल डिजाइन ने, तुसी घर बैठे सूट मंगवा सकते हो। अपने कोल महरून कलर 1500 रेट केड़े जाने अपने कोल। ये कपड़ा भी चनून चागा, इन्हां नाल दुपट्टा भी, जिहड़ा सूट दा कपड़ा फ्रॉक दा वो चनून चागा, जिहड़ा इन्हां नाल दुपट्टा ये भी चनून च ही आ। पहला तुसी दुपट्टे दा डिजाइन देख लो, दुपट्टे दे फोर साइड पट्टी लगी हुई है, इस तरह की लैस कढ़ाई का वर्क कराया होया, ये सारा कढ़ाई का वर्क कराया होया गा। 2.25 मीटर के दुपट्टे ने, ये चनून चा दुपट्टा। रेट सारे सूटों का सेम आ, अपने कोल सिंगल सिंगल पीस ने, जिन्हां दे पहला स्क्रीनशॉट आ गए उन्होंने ये सूट मिल जाएंगे, कंट्रास्ट बनया है। उस तो बाद महरून कलर की शर्ट है गी, फ्रॉक बनी हुई है, ये देखो तुसी फ्रॉक बनी हुई है महरून कलर की, सारा वर्क कराया है, कट वर्क कराया है घेरे ते। उस तो बाद जी कमर आ, इस उपर भी ये सारा वर्क कराया है, गले उपर भी वर्क आ, जिहड़ी इन्हां दी बाजू दित्ती हुई है बाजू उपर भी वर्क, जिहड़ी इन्हां दी बैक दित्ती हुई है बैक दी इस जगह ते भी ये सारा वर्क कराया होया। ये हो गया अपने कोल फ्रॉक हो गई, ये भी अपने कोल गरारे नाल, इस नाल इस तरह का गरारा तैयार किया गया। ये अपने कोल गरारा तैयार किया गया, गरारे उपर भी वर्क कराया होया गा, ये मूरी ते वर्क आ, कट वर्क बनया होया गा। उस तो बाद जिहड़ी उपरली साइड आ, इस उपर भी कढ़ाई का वर्क बनया होया गा। ये हो गया इस नाल गरारा। ये जो गरारे सूट होंदे आ इन्हां नाल शॉर्ट छोट कमीज़ चलते होंगे, जिस तरह कि अपने को छोट कमीज़ ने 1500 रेट आ सूटा, तुम कोई भी सूट मंगवा सकते हो जी। उस तो बाद अपने को महरून कलर, ये जोड़ा सूट है ये पतले नाप का बन के तैयार होगा, जिस तरह की जगह थोड़ी तो हिप हैगी 19 18 या 19 इस नाप का सूट बन के तैयार होगा। पहला तो इन्हों का दुपट्टा दिखाने, दुपट्टा जोड़ा जॉर्जेट च, इहदा दुपट्टा जॉर्जेट का पना देखो तुसीं बहुत ही डबल आ। इसदे फोर साइड पट्टी लगी हुई हैगी, पैपन लगी हुई हैगी, इन्हां दे अंदर जिहड़ा कढ़ाई का वर्क बनया होया गा। सूटां दा प्राइज सारयां दा 1500 आ, तुसीं कोई भी सूट लो 1500 दा मिलेगा तुहानूं, जेकर तुसीं बाहरों कितों भी लोगे तो 2000 या 2500 तो घट नहीं मिलना। उस तो बाद अपने कोल शर्ट का डिजाइन, गले ते वर्क कराया होया, ये बाजू ते भी कढ़ाई का कम कराया होया। उस तो बाद इसका आ गया घेरा, घेरे उपर भी ये पतले नाप का, पतले नाप का सूट है, जिस तरह कि जेकर तुहाडा नाप हैगा मान लो चेस्ट तो 18 या 19 इंच, इस तरह का यह अपने को सूट पतले नाप का बन के तैयार होगा। ये हो गया इस नाल गरारा, गरारा बहुत ज़्यादा हैवी तैयार करया होया, इन्हां सूटां नाल गरारे बहुत ही हैवी तैयार करे हुए ने, इस तरह के डिजाइन बने हुए ने। ये सारा कढ़ाई का काम करे जॉर्जेट च सूट। उस तो बाद एक डिजाइन है जी अपने को, आ गया ब्राउन कलर, ब्राउन कलर आ गया। ये सूट भी गरारे नाल तैयार करया है, छोट फ्रॉक तैयार करी हुई हैगी, इहदे जिहड़ा कपड़ा लग्या है जॉर्जेट का, इन्हां सूटां उपर प्योर जॉर्जेट लगी हुई हैगी। पहला तुसी दुपट्टे का डिजाइन देख लो, इस तरह का दुपट्टे का डिजाइन वर्क कराया होगा, सिप्पी वर्क बनया होगा, साइड ते पट्टी लगी हुई है 2.25 मीटर के, इन्हां नाल दुपट्टे ने 1500 रेट आ। तुसी घर बैठे सूट मंगवा सकते हो जी, सिंगल सूट भी मंगवा सकते हो, जेकर तुसी ज़्यादा सूट लेने हैं ज़्यादा भी मंगवा सकते हो। उस तो बाद तुहानू फ्रॉक का डिजाइन दिखाउने आ, ये देखो फ्रॉक का डिजाइन बहुत ही वधिया।
तुहानू सिर्फ फिटिंग करन दी जरूरत आ, कोई भी तुहानू लाइनिंग अलग लैन दी जरूरत नहीं हैगी। इस तरह ने इन्हां दे बाजू दा डिजाइन बनिया होया, ये बाजू दे डिजाइन बने हुए ने, बाजू उपर भी वर्क करिया होया, बहुत ही वधिया बहुत ही प्यारा वर्क करिया होया। अपने कोले ब्राउन कलर आ फ्रंट हो गया, उस तो बाद जिहड़ी इहदी बैक बैक प्लेन कलियां वाली बैक है। ये अनारकली सूट अपने कोले, अनारकली सूट है। इस नाल जिहड़ा गरारा तैयार करिया गया इस तरह का, इस तरह ने इन्हां नाल गरारे तैयार करे हुए ने। गरारे उपर भी वर्क करिया होया गा, बहुत ही प्यारा बहुत ही वधिया वर्क करिया है। सारे प्रोपर तुहानूं तैयार मिलणगे, सिर्फ तुहानूं फिटिंग करन दी जरूरत हैगी। 1500 रेट, तुसीं कोई भी बुक कर सकदे हो, जो भी तुहानूं पसंद आ जी। उस तो बाद आ गया अपने कोल स्किन कलर, स्किन कलर आ गया। इस नाल बहुत ही हैवी गरारा तैयार करिया है। पहला तुसीं दुपट्टे का डिजाइन देख लो, ये भी अपने कोल कपड़ा जॉर्जेट च, जॉर्जेट च कपड़ा इस तरह का। पहले तुसीं कढ़ाई का डिजाइन देख लो, 2.5 मीटर का दुपट्टा। इस नाल दुपट्टे दे 4 साइड कट वर्क बनया होगा, बहुत ही प्यारा इस तरह का। ये अपने कोल स्किन कलर, स्किन कलर का रेट 1500। सारे सूटों का रेट सेम आ 1500। उस तो बाद तुहानूं दिखाउंदे आ गरारा जिहड़ा इन्हां नाल तैयार करिया, बहुत हैवी। ये देखो तुसीं, इस दे विच तीन जगह ते इस दे चार जगह ते लैस दा डिजाइन बनिया होया हैगा। ये गरारा बिल्कुल तैयार आ, बिल्कुल तैयार आ गरारा। इस तरह के ये दोनों साइडां ते वर्क बनिया होया हैगा, बहुत ही ज़्यादा हैवी, बहुत ही फैंसी सूट ने अपने कोल। उस तो बाद ही आ गया अपने कोल शर्ट का डिजाइन, शर्ट के गले ते वर्क बनिया होया हैगा। उस तो बाद बाजू ते भी इहदे कढ़ाई का वर्क बनिया होया हैगा इस तरह का। ये अपने कोल स्किन कलर च सूट तैयार हैगा। हेठा इसके कट वर्क बहुत ही प्यारा बनया इस तरह का, लाइनिंग लग के बिल्कुल तैयार है। तुहानू लाइनिंग अलग लैन की जरूरत नहीं हैगी, देखो तुसीं लाइनिंग लग के बिल्कुल तैयार आ। 1500 रेट, ये अपने कोल स्किन कलर जी। उस तो बाद एक डिजाइन ये अपने कोल पर्पल कलर आ गया जी। ये सूट भी गरारे नाल मिलू तुहानू, ये सारे फैंसी सूट ने, पार्टी वेयर। जिस तरह के अगे प्रोग्राम शुरू होने वाले ने, हुण इस करके तुहाडे लई फैंसी वरायटी लेके आए हैं। पहला तुसीं देख लो गरारे का डिजाइन, इस उपर स्टून वर्क बनया होया जी, स्टून वर्क बनया होया, मशीनी वर्क भी करया होया गा। इस तरह ने मूरी का डिजाइन आ गया गरारे का जी। समोसा लैस लगी हुई हैगी, प्रोपर तुहानू तैयार मिलू जी। लाइनिंग इस विच लग के तैयार आ बिल्कुल। इस तरह का गरारे का डिजाइन हो गया, पहला तुहानू गरारे डिजाइन दिखाउंदे आ। उस तो बाद ये हो गया जी दुपट्टे का डिजाइन, दुपट्टे के 4 साइड समोसा लैस लगी हुई है, ये बिच वर्क बनया है। ये जॉर्जेट से, ये जॉर्जेट से इस तरह का काम कराया है, बहुत ही वधिया। ये हो गई इस नाल फ्रॉक, अनारकली फ्रॉक इस तरह की, प्रोपर तुहानू तैयार मिलेगी। सिर्फ फिटिंग करन की जरूरत आ, लाइनिंग वगैरह सारी बिल्कुल रेडी है जी। इस तरह के तुहानू ये डिजाइन मिलणगे, जिहड़ा भी तुहानू कलर डिजाइन पसंद आउंदा तुसीं सानू फोटो सेंड कर सकते हो। बहुत ही हैवी है, सारे कढ़ाई का काम कराया है। ये कपड़ा अपने कोल जॉर्जेट से ही, बहुत ही वधिया वरायटी हैगी। एक ये डिजाइन अपने कोल हैगा मैचिंग सूट, मैचिंग सूट आ। पीच कलर की शर्ट है जी, नाल मैहरून कलर का इन्हां नाल घग्गरा तैयार किया गया, मैहरून कलर का ही दुपट्टा। पहला तुहानू दुपट्टे का डिजाइन दिखाउंदे आ, बहुत हैवी इस तरह का दुपट्टे का डिजाइन आ। 4 साइड पट्टी लगी हुई है, एक साइड से बहुत ही वधिया इन्हां दे कढ़ाई का काम कराया है। ये सारा कढ़ाई का काम कराया, 2.25 मीटर का दुपट्टा। ये अपने कोल जॉर्जेट के दुपट्टा है, इस तरह के डिजाइन है। पहला यह हो गया अपने दुपट्टे का डिजाइन। उस तो बाद इस नाल जिहड़ा घग्गरा बनारसी तैयार कराया गया, नेवी कलर च इस तरह का बनारसी घग्गरा तैयार कराया होगा। पीच कलर की शर्ट हैगी, घग्गरा बिल्कुल तैयार है। तुहानू सिर्फ एक सिलाई लाने की जरूरत हैगी, लाइनिंग वगैरह प्रोपर तैयार आ। ये सारा तैयार है जी अपने कोल, तुहानू सिर्फ एक सिलाई ला के फिटिंग करन की जरूरत आ। उस तो बाद अपने कोल शर्ट का डिजाइन जी, शर्ट के गले से वर्क बनया है, बैन लग दिता होगा। बैन जगह तुसीं लगाना लगा सकते हो, नहीं फिर तुसीं गोल गला ओपन बना सकते हो जी। उस तो बाद इसके घेरे का डिजाइन आ गया, घेरे से इस तरह की पट्टी बहुत ही वधिया वर्क बनया है जी। साइड से इसके बाजू का डिजाइन बनया है इस तरह का। ये सारा कढ़ाई का काम, सारा प्रोपर कढ़ाई का काम कराया है जी। 1500 रेट आ। जिहड़ा भी तुहानू कलर डिजाइन पसंद आउंदा
ਤੁਸੀਂ ਸੂਟ ਬੁੱਕ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਇੱਕ ਹੈ ਆਪਣੇ ਕੋਲ ਮਹਿੰਦੀ ਕਲਰ ਜੀ, ਇਹ ਕਲਰ ਬਹੁਤ ਪਿਆਰਾ, ਇਹ ਮਹਿੰਦੀ ਕਲਰ ਆ ਗਿਆ। ਇਹਨਾਂ ਨਾਲ ਜਿਹੜੀ ਬੋਟਮ ਪਲੇਨ ਬੋਟਮ ਆ, ਤੁਸੀਂ ਇਹਦਾ ਪਲਾਜੋ ਸ਼ਰਾਰਾ ਕੁਝ ਵੀ ਬਣਾ ਸਕਦੇ ਹੋ ਜੀ। ਇਹ ਵੀ ਆਪਣੇ ਕੋਲ ਫਰੋਕ ਤਿਆਰ ਕਰੀ ਹੋਈ ਹੈ ਜੀ, ਅਨਾਰਕਲੀ ਫਰੋਕ ਤਿਆਰ ਕਰੀ ਹੋਈ ਹੈ ਜੀ। ਪਹਿਲਾਂ ਤੁਸੀਂ ਸ਼ਰਟ ਦਾ ਡਿਜ਼ਾਇਨ ਦੇਖ ਲਓ, ਫਰੋਕ ਦਾ ਇਹ ਸਾਰਾ ਇਹਨਾਂ ਉੱਪਰ ਪ੍ਰੋਪਰ ਇਸ ਤਰ੍ਹਾਂ ਦਾ ਸਟੂਨ ਵਰਕ ਬਣਿਆ ਹੋਇਆ, ਇਹ ਸਟੂਨ ਵਰਕ ਬਣਿਆ ਹੋਇਆ ਗਾ। ਫਰੋਕ ਦਾ ਘੇਰਾ ਦੇਖ ਲਓ, ਘੇਰੇ ਦੇ ਨੀਚੇ ਵੀ ਸਾਰਾ ਬਹੁਤ ਹੀ ਵਧੀਆ ਕੰਮ ਕਰਿਆ ਹੋਇਆ ਗਾ। ਉਸ ਤੋਂ ਬਾਅਦ ਜਿਹੜਾ ਇਹਦਾ ਗਲਾ, ਇਸ 'ਤੇ ਵੀ ਬਹੁਤ ਹੀ ਹੈਵੀ ਬੋਟ ਗਲਾ ਇਹਦਾ ਬਣਾ ਕੇ ਤਿਆਰ ਕਰਿਆ ਗਿਆ। ਇਹ ਹੋ ਗਿਆ ਬਾਜੂ ਦਾ ਡਿਜ਼ਾਇਨ, ਇਸ ਤਰ੍ਹਾਂ ਦਾ ਫਰੋਕ ਦਾ ਡਿਜ਼ਾਇਨ ਹੋ ਗਿਆ ਜੀ। ਉਸ ਤੋਂ ਬਾਅਦ ਇਹ ਹੋ ਗਿਆ ਇਸ ਨਾਲ ਦੁਪੱਟਾ, ਜਿਹੜਾ ਦੁਪੱਟਾ ਬਹੁਤ ਜ਼ਿਆਦਾ ਹੈਵੀ ਆ। ਇਹ ਦੇਖੋ ਤੁਸੀਂ, ਇਹ ਸਾਰਾ ਆਰੀ ਵਰਕ ਬਣਿਆ ਹੋਇਆ ਦੁਪੱਟੇ ਉੱਪਰ, ਆਰੀ ਵਰਕ ਬਣਿਆ ਹੋਇਆ ਬਹੁਤ ਹੀ ਵਧੀਆ ਸਕਿਨ ਕਲਰ ਦਾ। ਇਸ ਤਰ੍ਹਾਂ ਦਾ ਡਿਜ਼ਾਇਨ ਆ ਜੀ। ਇਹ ਸੂਟ ਦਾ 1500 ਰੇਟ ਹੈ। ਇਹ ਆਪਣੇ ਕੋਲ ਸਿੰਗਲ ਸੂਟ ਨੇ ਜੀ, ਜਿਹਦਾ ਪਹਿਲਾਂ ਸਕਰੀਨਸ਼ੋਟ ਆ ਗਿਆ ਉਹਨਾਂ ਨੂੰ ਇਹ ਸੂਟ ਮਿਲ ਜਾਣਗੇ। ਬਹੁਤ ਹੀ ਵਧੀਆ ਪਾਲਟੀ ਵੀਅਰ ਸੂਟ ਨੇ ਹੈਵੀ। ਉਸ ਤੋਂ ਬਾਅਦ ਇੱਕ ਡਿਜ਼ਾਇਨ ਇਹ ਆਪਣੇ ਕੋਲ ਜੀ, ਇਹਨੇ ਨਾਲ ਹੈਗਾ ਨੈੱਟ ਦਾ ਦੁਪੱਟਾ ਜੀ, ਅਨਾਰਕਲੀ ਸੂਟ ਹੈਗਾ। ਇਸ ਤਰ੍ਹਾਂ ਦਾ ਪਹਿਲਾਂ ਤੁਸੀਂ ਦੁਪੱਟੇ ਦਾ ਕੰਮ ਦੇਖ ਲਓ ਕਰਿਆ ਹੋਇਆ, ਨੇਵੀ ਕਲਰ ਦੀ ਇਹਨਾਂ ਉੱਪਰ ਪੱਟੀ ਲੱਗੀ ਹੋਈ ਹੈ ਜੀ, ਉੱਪਰ ਗੋਲਡਨ ਕਲਰ ਦਾ ਵਰਕ ਕਰਿਆ ਹੋਇਆ। ਇਹ ਆਪਣੇ ਕੋਲ ਨੈੱਟ ਦਾ ਦੁਪੱਟਾ 2.25 ਮੀਟਰ ਦਾ। ਉਸ ਤੋਂ ਬਾਅਦ ਇਹ ਹੈਗਾ ਇਸ ਨਾਲ ਗਰਾਰਾ ਜੀ, ਇਹ ਗਰਾਰਾ ਹੈਗਾ। ਇਹ ਕੱਪੜਾ ਹੈਗਾ ਆਪਣੇ ਕੋਲ ਚਨੂਨ ਫੈਬਰਿਕ ਦੇ ਤਿਆਰ ਕਰਿਆ ਹੋਇਆ ਹੈਗਾ ਸੂਟ ਜੀ। ਇਹ ਆਪਣੇ ਕੋਲ ਗਰਾਰਾ ਆ ਗਿਆ, ਗਰਾਰਾ ਬਿਲਕੁਲ ਤਿਆਰ ਗਰਾਰਾ। ਲਾਈਨਿੰਗ ਵਗੈਰਾ ਲੱਗੀ ਹੋਈ ਹੈਗੀ, ਤੁਹਾਨੂੰ ਸਿਰਫ ਫਿਟਿੰਗ ਕਰਨ ਦੀ ਜ਼ਰੂਰਤ ਹੁੰਦੀ ਹੈਗੀ। ਲੰਬਾਈ ਦਾ ਹੁੰਦਾ, ਜੇਕਰ ਤੁਹਾਡੇ ਜ਼ਿਆਦਾ ਜਾਂ ਘੱਟ ਹੁੰਦੀ ਆ, ਉਸਦੀ ਤੁਸੀਂ ਫਿਟਿੰਗ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਇਹ ਹੋ ਗਈ ਆਪਣੇ ਕੋਲ ਫਰੋਕ, ਇਹ ਫਰੋਕ ਦਾ ਡਿਜ਼ਾਇਨ ਹੋ ਗਿਆ। ਡਿਜ਼ਾਇਨ ਦੇਖੋ ਤੁਸੀਂ, ਬਹੁਤ ਹੀ ਪਿਆਰਾ ਹੈਗਾ ਗਲੇ ਦਾ ਇਹਦਾ ਬੈਣ। ਫਰੋਕ ਬਿਲਕੁਲ ਤਿਆਰ ਆ, ਫਰੋਕ ਦਾ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਬਿਲਕੁਲ ਤਿਆਰ ਆ। ਡਬਲ ਫਰਿੱਲ ਦੀ ਇਹਦੀ ਬਾਜੂ ਬਣੀ ਹੋਈ ਹੈਗੀ ਇਸ ਤਰ੍ਹਾਂ ਦੀ। ਇਹ ਹੋ ਗਿਆ ਫਰੰਟ, ਉਸ ਤੋਂ ਬਾਅਦ ਇਹ ਹੋ ਗਈ ਇਹਦੀ ਬੈਕ ਜੀ। ਇਸ ਤਰ੍ਹਾਂ ਦਾ ਇਹ ਆਪਣੇ ਕੋਲ ਫਰੋਕ ਤਿਆਰ ਆ, ਬਿਲਕੁਲ 1500 ਰੇਟ। ਇਹ ਆਪਣੇ ਕੋਲ ਪਿੰਕ ਕਲਰ ਆ ਗਿਆ ਜੀ। ਉਸ ਤੋਂ ਬਾਅਦ ਇੱਕ ਡਿਜ਼ਾਇਨ ਇਹ ਆਪਣੇ ਕੋਲ ਇਹ ਵੀ ਆਪਣੇ ਕੋਲ ਸ਼ਰਾਰਾ ਸੂਟ ਜੀ। ਸ਼ਰਾਰਾ ਸੂਟ ਕਲਰ ਦੇਖੋ ਤੁਸੀਂ, ਬਹੁਤ ਹੀ ਪਿਆਰਾ ਗ੍ਰੀਨ ਅਤੇ ਯੈਲੋ ਕਲਰ। ਗ੍ਰੀਨ ਕਲਰ ਦਾ ਪਹਿਲਾਂ ਤੁਸੀਂ ਘੱਗਰਾ ਆ ਦੇਖ ਲਓ, ਸ਼ਰਾਰਾ ਦੇਖੋ ਬਹੁਤ ਹੀ ਵਧੀਆ, ਸ਼ਰਾਰਾ ਦੇਖੋ ਤੁਸੀਂ ਬਹੁਤ ਹੀ ਵਧੀਆ ਵਰਕ ਕਰਿਆ ਹੋਇਆ ਹੈਗਾ ਗ੍ਰੀਨ ਕਲਰ ਦਾ। ਇਹ ਲਾਈਨਿੰਗ ਲੱਗੀ ਹੋਈ ਹੈਗੀ ਪ੍ਰੋਪਰ, ਬਿਲਕੁਲ ਤਿਆਰ ਆ ਜੀ। ਫਰੰਟ ਸਾਈਡ ਹੋ ਗਈ, ਉਸ ਤੋਂ ਬਾਅਦ ਇਹ ਹੋ ਗਈ ਇਸਦੀ ਬੈਕ ਸਾਈਡ, ਇਹ ਕਲੀਆਂ ਪਾ ਕੇ ਤਿਆਰ ਕਰਿਆ ਗਿਆ ਜੀ। ਗ੍ਰੀਨ ਕਲਰ ਦਾ ਦੁਪੱਟਾ ਤਿਆਰ ਕਰਿਆ ਗਿਆ, ਇਸ ਵਿੱਚ ਜੋਰਜੱਟ ਦਾ ਦੁਪੱਟਾ ਬਹੁਤ ਹੈਵੀ ਹੈ। ਦੇਖੋ ਤੁਸੀਂ ਕੰਮ ਕਰਿਆ ਹੋਇਆ, ਇੱਕ ਸਾਈਡ 'ਤੇ ਕੱਟ ਵਰਕ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੋਇਆ ਜੀ ਦੁਪੱਟੇ ਉੱਪਰ, ਇਸ ਤਰ੍ਹਾਂ ਦਾ ਕੱਟ ਵਰਕ ਬਣਿਆ। ਦੂਸਰੀ ਸਾਈਡ ਇਸ ਤਰ੍ਹਾਂ ਇਸਦੇ ਪੱਟੀ ਲੱਗੀ ਹੋਈ ਹੈ ਜੀ, 3 ਸਾਈਡਾਂ 'ਤੇ, 1 ਸਾਈਡ 'ਤੇ ਇਸ ਤਰ੍ਹਾਂ ਦਾ ਕੱਟ ਵਰਕ ਬਣਿਆ ਹੋਇਆ। ਇਹ ਹੋਗਾ ਦੁਪੱਟੇ ਦਾ ਡਿਜ਼ਾਇਨ। ਉਸ ਤੋਂ ਬਾਅਦ ਤੁਸੀਂ ਸ਼ਰਟ ਦਾ ਡਿਜ਼ਾਇਨ ਦੇਖ ਲਓ ਜੀ, ਸ਼ਰਟ ਦੇ ਗਲੇ 'ਤੇ ਪ੍ਰੋਪਰ ਗਲਾ ਤਿਆਰ ਆ ਜੀ ਬਣ ਕੇ। ਗਲੇ ਦਾ ਹੁਣ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਪ੍ਰੋਪਰ ਗਲਾ ਬਣ ਕੇ ਤਿਆਰ ਆ ਜੀ। ਉਸ ਤੋਂ ਬਾਅਦ ਇਹ ਹੋ ਗਿਆ ਬਾਜੂ ਦਾ ਡਿਜ਼ਾਇਨ ਹੋ ਗਿਆ ਦੋਨੇ ਸਾਈਡਾਂ 'ਤੇ ਇਸ ਤਰ੍ਹਾਂ ਦਾ। ਇਹ ਹੋ ਗਿਆ ਘੇਰੇ ਦਾ ਡਿਜ਼ਾਇਨ। ਇਸ ਸੂਟ ਦੇ ਵੀ ਲਾਈਨਿੰਗ ਇਹਦੇ ਦੇਖੋ, ਲਾਈਨਿੰਗ ਬਿਲਕੁਲ ਅੰਦਰ ਤੁਹਾਨੂੰ ਮਿਲੂਗੀ, ਲਾਈਨਿੰਗ ਤੁਹਾਨੂੰ ਕਿਤੋਂ ਵੀ ਲੈਣ ਦੀ ਜ਼ਰੂਰਤ ਨਹੀਂ ਹੈਗੀ। ਇਹ ਆਪਣੇ ਕੋਲ ਸਾਰੇ ਫੈਂਸੀ ਸੂਟ ਨੇ ਜੀ, ਇਹ ਸੀ ਸਾਰੀ ਆਪਣੀ ਅੱਜ ਦੀ ਵਰਾਇਟੀ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਹੀ ਲੱਗੀ ਜੀ। ਧੰਨਵਾਦ ਜੀ।